ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਰਮ ਬਰਾੜ, ਮੇਰੇ ਨਾਲ ਬਾਈ ਗੁਰਵਿੰਦਰ ਔਲਖ। ਅਤੇ ਦੋਸਤੋ, ਜਿਵੇਂ ਅਸੀਂ ਪੁਰਾਣੇ ਗਾਇਕਾਂ ਅਤੇ ਗੀਤਕਾਰਾਂ ਅਤੇ ਤੁਹਾਡੇ ਨਾਲ ਵੱਖ ਵੱਖ ਸਮਿਆਂ 'ਚ ਇੰਟਰਵਿਊਆਂ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ, ਉਸੇ ਲੜੀ 'ਚ ਅੱਜ ਤੁਹਾਨੂੰ ਉਹਨਾਂ ਨਾਲ ਮਿਲਾ ਰਹੇ ਹਾਂ ਜਿਹੜੇ ਸ਼ਖਸ ਨਾ ਸਿਰਫ ਅਮਰ ਸਿੰਘ ਚਮਕੀਲਾ ਜੀ ਦੇ ਨਾਲ ਰਹੇ, ਬਲਕਿ ਉਹਨਾਂ ਦੇ ਸ਼ਾਗਿਰਦ, ਪੂਰਨ ਸ਼ਾਗਿਰਦ ਜਿਹੜੇ ਹੋਏ ਆ, ਅਤੇ ਨਾਲ ਨਾਲ ਉਹ ਬਹੁਤ ਸਾਰੇ ਗਾਇਕਾਂ ਦੇ ਨਾਲ ਹੋਰ ਦੂਸਰਿਆਂ ਦੇ ਵੀ ਰਹੇ, ਉਹਨਾਂ ਦੇ ਸਮਕਾਲੀ, ਚਮਕੀਲਾ ਜੀ ਦੇ ਸਮਕਾਲੀ ਜਿੰਨੇ ਵੀ ਗਾਇਕ ਰਹੇ ਨੇ, ਉਹਨਾਂ ਨਾਲ ਵਿਚਰਦੇ ਰਹੇ ਨੇ। ਅੱਜ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਵਾਂਗੇ। ਇਹ ਇੰਟਰਵਿਊ ਤਾਂ ਵੀ ਇੱਕ ਪੂਰੀ ਮਹੱਤਵ ਹੈ ਵੀ ਜਿਹੜੀ ਪਿੱਛੇ ਜੇ ਚਮਕੀਲਾ ਫਿਲਮ ਆਈ ਸੀਗੀ, ਉਹਦੀ ਜਿਹੜੀ ਮੇਨ ਸਟੋਰੀ ਸੀ, ਜਿਹੜੇ ਉਹ ਸ਼ਖਸ ਨੇ ਸੁਣਾਈ ਸੀ ਫਿਲਮ ਦੇ ਵਿੱਚ, ਜੋ ਦਰਸਾਇਆ ਗਿਆ ਸੀ, ਉਹ ਬੰਦੇ ਆਪ ਨਾਲ ਅੱਜ ਸਾਡੇ ਹਾਜ਼ਰ ਨੇ। ਸੋ ਆਓ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਕਿੱਕਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਰਮ ਜੀ। ਸਤਿ ਸ਼੍ਰੀ ਅਕਾਲ ਔਲਖ ਸਾਹਿਬ। ਸਾਰੇ ਹੀ ਸੰਗੀਤ ਪ੍ਰੇਮੀਆਂ ਨੂੰ, ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਉਮੀਦ ਕਰਦੇ ਹਾਂ ਵੀ ਤੁਸੀਂ ਜਿਹੜੀ ਸਾਡੀ ਗੱਲਬਾਤ ਕਰਨ ਵਾਲੀ ਹੈ ਉਹਨੂੰ ਪਸੰਦ ਕਰੋਗੇ। ਉਹਦੇ 'ਚ ਦੀਦਾਰ ਸੰਧੂ ਬਾਰੇ ਕੁਛ ਗੱਲਾਂ ਹੋਣਗੀਆਂ, ਅਤੇ ਚਮਕੀਲਾ ਜੀ ਬਾਰੇ ਤੁਹਾਨੂੰ ਜਿਹੜੀਆਂ ਗੱਲਾਂ ਦਾ ਨਹੀਂ ਪਤਾ ਉਹ ਦੱਸਾਂਗੇ। ਬਾਕੀ ਜਿਹੜੇ ਇਹਨਾਂ ਦੇ ਵੀਰਾਂ ਦੇ ਕੋਈ ਦਿਮਾਗ 'ਚ ਸਵਾਲ ਹੋਣਗੇ ਉਹ ਕੋਈ ਇਹਨਾਂ ਦੇ ਹਿਸਾਬ ਕਿਤਾਬ ਨਾਲ ਜਿਵੇਂ ਵੀ ਕਹਿਣਗੇ, ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਵੀ ਤੁਸੀਂ ਸਾਨੂੰ ਟਾਈਮ ਦੇ ਰਹੇ ਹੋ ਜੀ। ਚਲੋ, ਤੁਹਾਡੀ ਵੀ ਮਿਹਰਬਾਨੀ ਆ, ਤੁਸੀਂ ਆਏ ਆ। ਅੱਛਾ, ਜੇ ਆਪਾਂ ਗੱਲਬਾਤ ਕਰੀਏ ਜੀ, ਤੁਸੀਂ ਇਸ ਗਾਇਕੀ ਖੇਤਰ ਵੱਲ ਕਿਵੇਂ ਆਏ ਸੀ ਅਤੇ ਮੇਰਾ ਨਾ ਸ਼ੁਰੂ ਤੋਂ ਮੈਂ ਪਿੰਡ ਹੀ ਦਰਅਸਲ ਸਿੱਖਣ ਲੱਗ ਗਿਆ ਸੀ। ਅੱਛਾ। ਉੱਥੇ ਸਾਡੇ ਪੰਡਿਤ ਰੱਖਾ ਰਾਮ ਹੁੰਦੇ ਸੀਗੇ ਮੰਦਿਰ ਦੇ ਵਿੱਚ। ਅੱਛਾ ਜੀ। ਅਤੇ ਉਹਨਾਂ ਤੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀਗਾ, ਸਰਗਮ ਜਾਣੀ ਦਾ ਮੈਂ ਉੱਥੋਂ ਸਿੱਖ ਲਈ ਸੀਗੀ। ਠੀਕ ਹੈ। ਅਤੇ ਮੈਨੂੰ ਕੁਛ ਸੁਰ ਦੀ ਸਮਝ ਆ ਗਈ ਸੀ ਜੀ। ਫਿਰ ਮੈਂ ਇੱਥੇ ਆ ਗਿਆ, ਇੱਥੇ ਆ ਕੇ ਮੈਂ ਚਮਕੀਲਾ ਜੀ ਨਾਲ ਮਿਲਿਆ ਜੀ, ਹਰਭਜਨ ਟਾਂਡਕ ਹੋਣਾ ਨਾਲ ਅਸੀਂ ਇਕੱਠੇ ਰਹੇ, ਅਤੇ ਹੋਰ ਵੀ ਬਹੁਤ ਸਾਰੇ ਸਿੰਗਰਾਂ ਨਾਲ ਜਿਵੇਂ ਟਿੱਕੀ ਹੋਣੀ, ਦੀਪੇ ਹੋਣੀ, ਅਸੀਂ ਇਕੱਠੇ ਰਹਿੰਦੇ ਰਹੇ ਹਾਂ। ਹਾਂਜੀ। ਅਤੇ ਦੀਪਾ ਤੁੰਬੀ ਦਾ ਕਾਫੀ ਮਾਹਰ ਸੀਗਾ। ਹਾਂਜੀ ਹਾਂਜੀ। ਉਹਦੇ ਕੋਲੋਂ ਵੀ ਸਿੱਖਣ ਦਾ ਮੌਕਾ ਮਿਲਿਆ। ਫਿਰ ਨਿਰਮਲ ਸਿੱਧੂ ਜਦੋਂ ਉਸਤਾਦ ਜੀ ਨਾਲ ਕੰਮ ਕਰਦੇ ਸੀ ਉਹਨਾਂ ਕੋਲ ਵੀ ਅਸੀਂ ਬਹਿੰਦੇ ਰਹੇ ਹਾਂ, ਉਹਨਾਂ ਦੀ ਵੀ ਸੰਗਤ ਕੀਤੀ। ਨਿਰਮਲ ਸਿੱਧੂ ਜਿਹੜੇ ਸਿੰਗਰ ਆ, ਨਿਰਮਲ ਸਿੰਧੂ ਉਦੋਂ ਹਾਰਮੋਨੀਅਮ 'ਤੇ ਜਾਂਦੇ ਸੀਗੇ ਉਸਤਾਦ ਜੀ ਨਾਲ। ਅੱਛਾ ਜੀ। ਅਤੇ ਉਹ ਇਹਨਾਂ ਲੋਕਾਂ ਨਾਲ ਰਹਿਣ ਕਰਕੇ ਕਾਫੀ ਫਿਰ ਪਤਾ ਲੱਗ ਗਿਆ। ਅਤੇ ਉਸਤਾਦ ਜੀ ਦਾ ਤਾਂ ਸਾਰੀ ਸੰਗਤ ਅਸੀਂ ਕੀਤੀ ਆ, ਜਿੰਨੀਆਂ ਰਿਕਾਰਡਿੰਗਾਂ ਹੋਈਆਂ ਅਮਰਜੋਤ ਜੀ ਨਾਲ, ਕੁਛ ਹੀ ਹੋਣਗੇ ਜਿਹਨਾਂ 'ਤੇ ਮੈਂ ਨਹੀਂ ਗਿਆ। ਅੱਛਾ ਜੀ। ਤਕਰੀਬਨ ਮੈਂ ਨਾਲ ਹੀ ਚਲਾ ਜਾਂਦਾ ਸੀਗਾ ਦਿੱਲੀ ਤੱਕ। ਦਿੱਲੀ, ਹਾਂ ਦਿੱਲੀ ਭਾਜੀ ਕੋਲ। ਚਮਕੀਲਾ ਜੀ ਉਦੋਂ ਮਤਲਬ ਪੂਰਾ ਮਾਰਕੀਟ 'ਚ ਨਾਮ ਬਣ ਗਿਆ ਸੀ ਜਦੋਂ ਉਹਨੂੰ ਮਿਲੇ ਹੋ ਕਿ ਉਦੋਂ ਹਜੇ ਨਹੀਂ? ਉਦੋਂ ਸੋਨੀਆ ਨਾਲ ਸੈੱਟ ਸੀਗਾ। ਅੱਛਾ। ਉਦੋਂ ਇੱਕ ਉਹਨਾਂ ਦਾ EP ਆ ਗਿਆ ਸੀਗਾ ਅਤੇ ਇੱਕ ਆਉਣ ਵਾਲਾ ਸੀਗਾ, ਅਤੇ ਦੋ ਜਣੇ ਦਾ ਦੋ ਉਦੋਂ ਆਏ ਆ, ਅਤੇ ਉਦੋਂ ਜਣੇ ਦਾ ਪ੍ਰੋਗਰਾਮ ਲੱਗਣ ਲੱਗ ਗਏ ਸੀ, ਮਾਰਕੀਟ ਬਣ ਗਈ ਸੀ। ਤਕਰੀਬਨ 80-81 ਦੀ ਗੱਲ ਹੋਣੀ ਹੈ। 82 'ਚ। 82 ਦੀ। 80-82 'ਚ, ਹਾਂ। ਹਾਂਜੀ ਹਾਂਜੀ। ਉਦੋਂ ਸੋਨੀਆ ਨਾਲ ਸੈੱਟ ਸੀਗਾ ਅਤੇ ਉਦੋਂ ਉਹਨਾਂ ਦਾ ਕੰਮ ਚੱਲ ਪਿਆ ਸੀ। ਅਤੇ ਜਦੋਂ ਚਮਕੀਲਾ ਜੀ ਨਾਲ ਤੁਸੀਂ ਮਿਲੇ ਹੋ, ਤੁਹਾਨੂੰ ਆਸਾਨੀ ਨਾਲ ਹੀ ਮਿਲ ਗਏ ਸੀ ਉਹ, ਜਾਂ ਆਸਾਨੀ ਨਾਲ ਹੀ ਤੁਹਾਡਾ ਮੁਲਾਕਾਤ ਹੋ ਗਈ ਸੀ? ਨਹੀਂ, ਉਹਨਾਂ ਦੇ ਦਿਮਾਗ 'ਚ ਹੈ ਹੀ ਨਹੀਂ ਸੀ ਕੋਈ। ਅੱਛਾ। ਉਹਨਾਂ ਦਾ ਐਂ ਪਤਾ ਹੀ ਨਹੀਂ ਲੱਗਦਾ ਸੀ ਵੀ ਐਡਾ ਵੱਡਾ ਕਲਾਕਾਰ ਆ। ਉਹ ਤਾਂ ਬਾਹਲੇ ਸੈਂਪਲ ਬੰਦੇ ਸੀਗੇ। ਅੱਛਾ ਜੀ। ਕੋਈ ਤੂੰ ਮੈਂ ਹੈ ਹੀ ਨਹੀਂ ਸੀਗੀ, ਜਮਾ ਹੀ ਨਹੀਂ ਸੀ ਉਹ, ਮਤਲਬ ਕਿ ਆਖਰੀ ਸਮੇਂ ਤੱਕ ਕੋਈ ਮਾਣ ਹੰਕਾਰ ਨਹੀਂ? ਨਾ 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 ਨਾ, ਨਿਮਰਤਾ ਨਾਲ ਹੀ, ਨਿਮਰਤਾ ਨਾਲ ਹੀ ਬਾਈ ਜੀ ਬਾਈ ਜੀ ਬਾਈ ਜੀ ਕਹਿੰਦੇ ਰਹੇ। ਅਤੇ ਕਦੇ ਉਹਨਾਂ ਨੇ ਪ੍ਰੋਗਰਾਮ ਦੀ ਕੋਈ ਗੱਲ ਨਹੀਂ ਕੀਤੀ ਵੀ ਮੇਰਾ ਪ੍ਰੋਗਰਾਮ ਮੈਂ ਬੜਾ ਵਧੀਆ ਕੀਤਾ, ਮੈਂ ਸਾਰਿਆਂ ਤੋਂ ਉੱਤੇ ਹਾਂ ਹੁਣ, ਵੀ ਜਾਂ ਮੈਂ ਸਭ ਤੋਂ ਜ਼ਿਆਦਾ ਵਧੀਆ ਗਾਉਂਦਾ ਜਾਂ ਮੈਨੂੰ ਜ਼ਿਆਦਾ ਪ੍ਰੋਗਰਾਮ ਪੈਂਦੇ ਨਾ। ਪ੍ਰੋਗਰਾਮ ਲਾ ਕੇ ਆਉਣਾ, ਅਸੀਂ ਪੁੱਛਣਾ ਕਿਵੇਂ ਰਿਹਾ ਪ੍ਰੋਗਰਾਮ, ਠੀਕ ਸੀ ਬਸ, ਠੀਕ ਤੋਂ ਬਿਨਾਂ ਕੁਛ ਵੀ ਨਹੀਂ। ਚਮਕੀਲਾ ਜੀ ਨਾਲ ਫਿਰ ਪਹਿਲੀ ਮੁਲਾਕਾਤ ਕਰਵਾਈ ਕਿਹਨੇ ਤੁਹਾਡੀ, ਜਾਂ ਕਿੱਥੇ ਮਿਲੇ ਸੀ ਤੁਸੀਂ?
ਅਸੀਂ ਮੈਂ ਤੇ ਹਰਭਜਨ ਟਾਣ ਕਹਿੰਦਾ, ਦਰਅਸਲ ਮੈਂ ਜਦੋਂ ਲੁਧਿਆਣੇ ਟਿਕਿਆ ਤੇ ਮੈਂ ਪਹਿਲਾਂ ਨਾ ਲੁਧਿਆਣੇ ਆ ਜਾਂਦਾ ਸੀਗਾ ਜੀ, ਜਿਹਨਾਂ ਦਾ ਡਾਲਿਓ ਕਿੰਨਾ ਕੁ ਮੋਗਿਓ ਜੀ ਲੁਧਿਆਣਾ ਘੰਟੇ ਕੁ ਦਾ ਰਸਤਾ ਸੀਗਾ। ਮੈਂ ਆਉਣਾ ਤੇ ਮੈਂ 4-5 ਘੰਟੇ ਇੱਥੇ ਰਹਿ ਕੇ ਸੱਜਣਾ ਮਿੱਤਰਾਂ ਨਾਲ ਮਿਲ ਵਰਤ ਕੇ ਅਤੇ ਮੈਂ ਚਲਿਆ ਜਾਣਾ ਸ਼ਾਮ ਨੂੰ ਪਿੰਡ। ਉਹ ਜਦੋਂ ਫਿਰ ਮੇਰੀ ਚੰਗੀ ਹੌਲੀ ਹੌਲੀ ਜਾਣ ਪਛਾਣ ਹੋ ਗਈ ਨਾ, ਟਿੱਕੀ ਹੋਣਾ ਨਾ, ਦੀਪੇ ਹੋਣਾ ਨਾ, ਉਸਤਾਦ ਜੀ ਨਾ, ਅਤੇ ਫਿਰ ਮੈਨੂੰ ਉਸਤਾਦ ਜੀ ਕਹਿੰਦੇ ਤੂੰ ਇੱਥੇ ਹੀ ਰਹਿ ਲਿਆ ਕਰ, ਤੂੰ ਪਿੰਡ ਚਲਾ ਜਾਣਾ। ਅਤੇ ਫਿਰ ਮੈਂ ਇਹਨਾਂ ਕੋਲ ਰਹਿਣ ਲੱਗ ਗਿਆ ਅਤੇ ਉਸੇ ਦੌਰਾਨ ਹੀ ਫਿਰ ਸੰਧੂ ਸਾਹਿਬ ਮੈਨੂੰ ਪਿੰਡ ਲੈ ਜਾਂਦੇ ਸੀ। ਸੰਧੂ ਸਾਹਿਬ ਨਾਲ ਇਹ ਸੀਗਾ ਵੀ ਉਹਨਾਂ ਨੇ ਕਹਿਣਾ ਪਿੰਡਾਂ ਵਾਲਿਆਂ ਕੀ ਕਰਦਾ, ਉਹ ਪਿੰਡਾਂ ਵਾਲਿਆਂ ਕਹਿੰਦੇ ਸੀ ਤੁਹਾਨੂੰ। ਹਾਂ ਅੱਛਾ, ਉਹ ਪਿੰਡਾਂ ਵਾਲਿਆਂ ਕੀ ਕਰਨਾ। ਮੈਂ ਕਿਹਾ ਜੀ ਕੁਛ ਵੀ ਨਹੀਂ ਕਰਨਾ, ਕੀ ਆ ਵੀ ਅਸੀਂ ਤਾਂ ਰੋਟੀਆਂ ਖਾਣੀਆਂ ਹੁੰਦੀਆਂ ਸੀ ਵਿਹਲੇ ਹੁੰਦੇ ਸੀ, ਠੀਕ ਹੈ ਨਾ। ਫਿਰ ਉਹਨਾਂ ਨੇ ਸਾਨੂੰ ਲੈ ਜਾਣਾ ਸ਼ਾਮ ਨੂੰ ਅਤੇ ਮੂੰਗਫਲੀ ਉਦੋਂ ਬੀਜਦੇ ਹੁੰਦੇ ਸੀਗੇ, ਮੂੰਗਫਲੀ ਦੇ ਢੇਰ ਲੱਗੇ ਹੁੰਦੇ ਸੀ, ਅਸੀਂ ਉੱਤੇ ਗਦੇਲੇ ਸਿੱਟਣੇ ਉੱਤੇ ਮੂੰਗਫਲੀ 'ਤੇ ਪੈ ਜਾਣਾ ਸੌਂ ਜਾਣਾ। ਪਰੋਵਾਲ ਪਿੰਡ, ਪਰੋਵਾਲ ਮੁੱਲਾਂਪੁਰ ਗਈ ਤਾਂ ਵੈਸੇ ਮੂੰਗਫਲੀ ਮੂੰਗਫਲੀ ਬਹੁਤ ਸੀਗੀ, ਇਹ ਸੰਧੂ ਸਾਹਿਬ ਦੀ ਬੀਜੀ ਹੁੰਦੀ ਸੀਗੀ। ਹਾਂਜੀ ਹਾਂਜੀ, ਬਹੁਤ ਬੀਜੀ ਹੁੰਦੀ ਸੀਗੀ ਅਤੇ ਉਹਨਾਂ ਨਾਲ ਬਸ ਅਕਸਰ ਚਲੇ ਜਾਣਾ ਕਦੇ, ਅਤੇ ਸ਼ਾਮ ਨੂੰ ਮੈਨੂੰ ਲੈ ਹੀ ਜਾਂਦੇ ਸੀ ਤਕਰੀਬਨ। ਜਦੋਂ ਕਿਤੇ ਦੂਰ ਪ੍ਰੋਗਰਾਮ ਹੁੰਦੇ ਸੀ ਫਿਰ ਤਾਂ ਨਹੀਂ ਮੇਲ ਹੁੰਦਾ ਸੀ, ਕਈ ਕਈ ਦਿਨ ਫਿਰ ਤਾਂ ਲਗਾਤਾਰ ਪ੍ਰੋਗਰਾਮ ਉਹਨਾਂ ਦੇ ਹੁੰਦੇ ਸੀ। ਮਤਲਬ ਕਿ ਤੁਹਾਡੀ ਜਾਣ ਪਹਿਚਾਣ ਇੱਥੇ ਦਫ਼ਤਰਾਂ 'ਚ ਹੀ ਹੋਈ ਨਾ? ਦਫ਼ਤਰਾਂ 'ਚ ਇਕੱਠੇ। ਦਰਅਸਲ ਸੰਧੂ ਸਾਹਿਬ ਦੀ ਨਾ ਸਾਡੇ ਡਾਲੇ ਪਿੰਡ ਕੋਈ ਰਿਸ਼ਤੇਦਾਰੀ ਸੀਗੀ। ਅੱਛਾ ਜੀ। ਮਾਸਟਰ ਸੀਗੇ, ਉਹਨਾਂ ਦਾ ਨਾਂ ਸੀਗਾ ਮਾਸਟਰ ਦਾ ਬਲਵੀਰ ਸਿੰਘ। ਅੱਛਾ ਜੀ। ਮਾਸਟਰ ਬਲਵੀਰ ਸਿੰਘ ਨਾਲ ਕੁਛ ਸੀਗੀ ਅਤੇ ਉਹਨਾਂ ਕਰਕੇ ਮੇਰਾ ਪਿੰਡ ਦਾ ਥੋੜ੍ਹਾ ਜਿਹਾ ਮਾਣ ਕਰਦਾ ਸੀਗਾ। ਅੱਛਾ ਜੀ। ਵੀ ਚੱਲ ਮੇਰੇ ਨਾਲ ਮੋਹ ਕਰਦਾ ਸੀਗਾ। ਹਾਂਜੀ ਹਾਂਜੀ। ਅਤੇ ਮੋਗੇ ਵਾਲੇ ਜਿਹੜੇ ਵੈਦ ਸੀਗੇ, ਮੋਗੇ ਵਾਲੇ ਡਾਕਟਰ, ਹਾਂਜੀ, ਅਤੇ ਉਹ ਜਦੋਂ ਅਸੀਂ ਕਿਤੇ ਪਿੰਡ ਜਾਣਾ ਹੁੰਦਾ ਸੀ ਉਹ ਬੁੱਧਵਾਰ ਆਉਂਦੇ ਹੁੰਦੇ ਸੀਗੇ, ਹਫ਼ਤੇ 'ਚ 2 ਦਿਨ ਆਉਂਦੇ ਸੀਗੇ। ਹਾਂਜੀ। ਉਹਨਾਂ ਦੀ ਜੀਪ 'ਚ ਬੈਠ ਕੇ ਅਸੀਂ ਚਲੇ ਜਾਣਾ, ਠੀਕ ਹੈ ਨਾ। ਇੱਦਾਂ ਕਰਕੇ ਸਾਡਾ ਮੋਹ ਕਾਫੀ ਬਣਿਆ ਰਿਹਾ ਅਤੇ ਸੰਧੂ ਸਾਹਿਬ ਨਾਲ ਉਹਨਾਂ ਦਾ ਬਹੁਤ ਪਿਆਰ ਸੀਗਾ, ਮੋਗੇ ਵਾਲੇ ਵੈਦਾਂ ਦਾ। ਠੀਕ ਹੈ। ਉਹੀ ਵੈਦ ਜਿਨ੍ਹਾਂ ਦੀ ਉਹ ਬਿਲਡਿੰਗ, ਜਿਨ੍ਹਾਂ ਦੀ ਬਿਲਡਿੰਗ ਸੀ। ਹਾਂ 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 ਜੀ ਜੀ। ਉੱਥੇ ਹੀ ਸਾਰੇ ਕਲਾਕਾਰਾਂ ਦੇ ਉੱਥੇ ਹਾਂ। ਅਤੇ ਸੰਧੂ ਸਾਹਿਬ ਆਪਦੇ ਦਫ਼ਤਰ ਤਾਂ ਘੱਟ ਹੀ ਜਾਂਦੇ ਸੀ, ਜਦੋਂ ਕੋਈ ਪ੍ਰੋਗਰਾਮ ਵਾਲੇ ਆਉਂਦੇ ਸੀ ਉਦੋਂ ਜਾਂਦੇ ਸੀ ਉਹ, ਨਹੀਂ ਤਾਂ ਥੱਲੇ ਬੈਠੇ ਰਹਿੰਦੇ ਸੀ ਚਮਕੀਲਾ ਜੀ ਦੇ ਦਫ਼ਤਰ 'ਚ। ਹਾਂ ਉੱਥੇ। ਅਤੇ ਕੁਛ ਲੋਕ ਨਾ ਇਹ ਹੁਣ ਤੁਸੀਂ ਗੱਲ ਚਲਾ ਲਈ ਤਾਂ ਮੈਂ ਕਿਹਾ ਚਲੋ ਹੁਣੇ ਗੱਲ ਕਰ ਲਈਏ, ਵੈਸੇ ਤਾਂ ਅਖੀਰ 'ਚ ਕਰਨੀ ਸੀ ਵੀ ਲੋਕ ਬੜੇ ਨਾ ਕਮੈਂਟ ਕਰਦੇ ਆ ਵੀ ਜਿਨ੍ਹਾਂ ਨੂੰ ਕੁਛ ਪਤਾ ਨਹੀਂ ਹੁੰਦਾ ਕੁਛ ਹੋਰ ਨਹੀਂ ਹੈ ਨਾ, ਉਹਦੇ 'ਚ ਲੋਕ ਕਹਿੰਦੇ ਆ ਜੀ ਚਮਕੀਲਾ ਤੋਂ ਫਲਾਨਾ ਜਲਸੀ ਕਰਦਾ ਸੀ, ਫਲਾਨਾ ਜਲਸੀ ਕਰਦਾ ਸੀ, ਦਦਾਰ ਜਲਸੀ ਕਰਦਾ ਸੀ, ਇਹਦੇ 'ਚ ਕਿੰਨੀ ਕੁ ਸੱਚਾਈ ਹੈ ਤੁਸੀਂ ਦੱਸੋ ਸਾਨੂੰ। ਦੇਖੋ ਦਦਾਰ ਸਾਹਿਬ ਦਾ ਜਿਹੜਾ ਸੀ ਨਾ, ਦਦਾਰ ਕਦੇ ਮੂੰਹ 'ਚੋਂ ਮਾੜਾ ਬੋਲ ਨਹੀਂ ਕਹਿੰਦੇ ਸੀਗੇ ਕਿਸੇ ਨੂੰ ਵੀ ਜੀ, ਅਤੇ ਨਾ ਉਹਨਾਂ ਨੂੰ ਕਿਸੇ ਪ੍ਰੋਗਰਾਮ ਦੀ ਹੁੰਦੀ ਸੀ ਵੀ ਪ੍ਰੋਗਰਾਮ ਆਇਆ ਅਤੇ ਉਹਨਾਂ ਨੇ ਪ੍ਰੋਗਰਾਮ ਵੱਲ ਝਾਕਣਾ, ਪਾਰਟੀ ਵੱਲ ਝਾਕਣਾ। ਉਹਨੂੰ ਤਾਂ ਜਦੋਂ ਕੋਈ ਬੁਲਾਉਂਦਾ ਸੀ ਵੀ ਉੱਤੇ ਆਓ ਜੀ, ਸੰਧੂ ਸਾਹਿਬ ਬਿੱਲਾ ਸੀਗਾ, ਬਿੱਲਾ ਹੁੰਦਾ ਸੀਗਾ ਬੁਕਿੰਗ ਕਲਰਕ ਭਰੋਵਾਲੀ ਆ, ਹਰਜੀਤ ਬਿੱਲਾ, ਉਹਨੇ ਬੁਲਾਉਣਾ ਭਾਅ ਜੀ ਆ ਜੋ ਬੰਦੇ ਆਏ ਆ ਪ੍ਰੋਗਰਾਮ ਵਾਲੇ, ਫਿਰ ਉਹ ਜਾਂਦੇ ਸੀਗੇ, ਠੀਕ ਹੈ ਨਾ। ਅਤੇ ਉਹਨਾਂ ਨੂੰ ਤਾਂ ਹੁੰਦੀ ਨਹੀਂ ਸੀ ਤਾਂ, ਅਤੇ ਵੈਸੇ ਉਹਨਾਂ ਦਾ ਕੰਮ ਵੈਸੇ ਹੀ ਬਹੁਤ ਸੀਗਾ ਸੰਧੂ ਸਾਹਿਬ, ਉਹਨਾਂ ਦੀ ਮਾਰਕੀਟ ਹੀ ਬੜੀ ਸੀਗੀ। ਠੀਕ ਹੈ ਠੀਕ ਹੈ ਨਾ, ਕਿਉਂਕਿ ਉਸਤਾਦ ਜੀ ਤੋਂ ਪਹਿਲਾਂ ਤਾਂ ਉਹਨਾਂ ਦੀ ਮਾਰਕੀਟ ਸੀਗੀ, ਉਸਤਾਦ ਜੀ ਤਾਂ ਬਾਅਦ 'ਚ ਲੱਗੇ ਆ ਨਾ, ਠੀਕ ਹੈ ਨਾ। ਅਤੇ ਇਹਨਾਂ ਦਾ ਤਾਂ ਬਰਾਬਰ ਕੰਮ ਚੱਲਦਾ ਸੀ, ਸਦੀਕ ਸਾਹਿਬ ਉਹਨਾਂ ਦੇ ਵੱਡੇ ਕਲਾਕਾਰਾਂ ਦੇ ਬਰਾਬਰ ਸੀਗੇ। ਤੇ ਜਿਹੜੀ ਇਹ ਗੱਲ ਮਸ਼ਹੂਰ ਹੈ ਵੀ ਸੰਧੂ ਸਾਹਿਬ ਜਦੋਂ ਪਿੰਡੋਂ ਰੋਟੀਆਂ ਅਤੇ ਉਹ ਲੈ ਕੇ ਆਉਂਦੇ ਸੀ, ਤੁਸੀਂ ਉਦੋਂ ਮੌਜੂਦ ਹੁੰਦੇ ਸੀ ਉੱਥੇ? ਹਾਂ, ਉਹ ਤਕਰੀਬਨ ਹੀ ਖਾਂਦੇ ਰਹੇ ਸਾਰੇ ਲੋਕ ਹੀ, ਜਿੰਨੇ ਉੱਥੇ ਹੁੰਦੇ ਸੀ 5-7 ਬੰਦੇ ਹੁੰਦੇ ਸੀਗੇ, ਟਿੱਕੀ ਹੋਣੀ, ਕੁੱਕੀ ਹੋਣੀ, ਦੀਪੇ ਹੋਣੀ, ਉਸਤਾਦ ਜੀ, ਅਤੇ ਜਾਂ ਫਿਰ ਉੱਤੋਂ ਕੋਈ ਕਲਾਕਾਰ ਜੋ ਆਇਆ ਹੁੰਦਾ ਸੀ ਅਤੇ ਉਹ ਵੀ ਵੇਲੇ ਕੁ ਵੇਲੇ ਆ ਜਾਂਦੇ ਸੀ। ਰਮਲਾ ਜੀ ਦਾ ਦਫ਼ਤਰ ਵੀ ਸਾਹਮਣੇ, ਰਮਲੇ ਦਾ ਸਾਹਮਣੇ ਸੀਗਾ,
ਉਹਨਾਂ ਦੇ ਵੀ ਆ ਜਾਂਦਾ ਉਹ ਉਹਨਾਂ ਦੇ ਹਾਂ ਸਤਪਾਲ ਆ ਜਾਂਦਾ ਸੀਗਾ ਲੱਸੀ ਵਗੈਰਾ ਲੈਣ ਠੀਕ ਹੈ ਅੱਛਾ ਸੰਧੂ ਸਾਹਿਬ ਪਿੰਡੋਂ ਰੋਟੀਆਂ ਲੈ ਆਉਂਦੇ ਸੀ ਪਿੰਡੋਂ ਰੋਟੀਆਂ ਡੱਬਾ ਭਰ ਕੇ ਲਿਆਉਂਦੇ ਸੀਗੇ ਪੂਰਾ ਐਡਾ ਵੱਡਾ ਡੱਬਾ ਅੱਛਾ ਜੀ ਹਾਂ ਲੱਖ ਜਿੱਡਾ ਡੱਬਾ ਹੁੰਦਾ ਸੀ ਅਤੇ ਉਹ ਜਾਣੇ ਦਾ 10-12 ਬੰਦੇ ਆਰਾਮ ਨਾਲ ਖਾ ਲੈਂਦੇ ਸੀ ਰੋਟੀ ਨਹੀਂ ਇਹ ਤਕਰੀਬਨ ਰੋਜ਼ਾਨਾ ਦਾ ਹੀ ਕੰਮ ਸੀ ਉਹਨਾਂ ਦਾ ਜਿੱਦੇ ਜਿੱਦੇ ਵਿਹਲੇ ਹੁੰਦੇ ਸੀ ਅੱਛਾ ਜਿੱਦੇ ਪ੍ਰੋਗਰਾਮਾਂ ਦੇ ਹੁੰਦੇ ਸੀ ਉਦੇ ਨਹੀਂ ਜਦੋਂ ਵਿਹਲੇ ਹੁੰਦੇ ਸੀਗੇ ਠੀਕ ਹੈ ਹਾਂ ਤਕਰੀਬਨ ਤਾਂ ਉਹਨਾਂ ਦੇ ਪ੍ਰੋਗਰਾਮ ਹੁੰਦੇ ਹੀ ਸੀਗੇ ਜੇ ਜਿਹੜੇ ਦਿਨ ਵਿਹਲੇ ਹੁੰਦੇ ਸੀ ਫਿਰ ਲਿਆਉਂਦੇ ਸੀਗੇ ਅਤੇ ਜਦੋਂ ਚਮਕੀਲਾ ਜੀ ਨੇ ਤੁਹਾਨੂੰ ਜਦੋਂ ਚਮਕੀਲਾ ਜੀ ਦੇ ਪ੍ਰੋਗਰਾਮ ਪੂਰੇ ਪੈਣ ਲੱਗ ਗਏ ਸੀ ਤੁਹਾਨੂੰ ਉਹਨਾਂ ਨੇ ਕਿਹੜੇ ਕੰਮ 'ਤੇ ਰੱਖਿਆ ਸੀ ਤੁਸੀਂ ਉਦੋਂ ਕੀ ਕੰਮ ਕਰਦੇ ਹੁੰਦੇ ਸੀ ਮੈਂ ਦਰਅਸਲ ਨਾ ਮੈਨੂੰ ਬਰਾੜ ਸਾਹਿਬ ਮੈਨੂੰ ਪੋਲੀ ਕਹਿੰਦਾ ਵੀ ਕੀ ਕਰਦਾ ਹੁੰਦਾ ਤੂੰ ਅੱਛਾ ਮੈਂ ਕਿਹਾ ਮੈਂ ਇੱਥੇ ਹੁੰਦਾ ਜੀ ਦਫ਼ਤਰ ਹੀ ਅਤੇ ਪੋਲੀ ਮੈਨੂੰ ਕਹਿੰਦਾ ਮੇਰੇ ਨਾਲ ਚੱਲਿਆ ਕਰ ਕੰਮ 'ਤੇ ਗੁਰਚਰਨ ਪੋਲੀ ਗੁਰਚਰਨ ਪੋਲੀ ਅਤੇ ਮੈਂ ਉਸਤਾਦ ਜੀ ਨੂੰ ਪੁੱਛਿਆ ਮੈਂ ਕਿਹਾ ਜੀ ਮੈਂ ਪੋਲੀ ਭਾਅ ਜੀ ਮੈਨੂੰ ਪ੍ਰੋਗਰਾਮਾਂ 'ਤੇ ਜਾਣ ਨੂੰ ਕਹਿੰਦੇ ਵੀ ਚਲੇ ਜਾਇਆ ਕਰ ਉਹ ਕਹਿੰਦਾ ਹੋਰ ਇੱਦੂ ਕੀ ਲੈਣਾ ਹੈਂ ਉਹਦਾ ਇਹ ਸੀਗਾ ਵੀ ਗੁਰਚਰਨ ਪੋਲੀ ਜਿਹੜਾ ਉਹ ਸੋਲੋ ਗਾਣਾ ਨਹੀਂ ਗਾ ਸਕਦਾ ਸੀ ਅੱਛਾ ਜੀ ਉਹ ਡਿਊਟੀ ਗਾਉਂਦੇ ਸੀ ਅਤੇ ਮੇਰਾ ਮੇਰੇ ਇੱਕ ਦੋ ਗੀਤ ਹੋ ਜਾਂਦੇ ਸੀ ਉਹਨਾਂ ਦੀ ਸਟੇਜ 'ਤੇ ਹਾਂਜੀ ਕਹਿੰਦਾ ਆਪਣੇ ਨਾਲ ਮੌਕਾ ਨਹੀਂ ਮਿਲਦਾ ਗਾ ਉਸਤਾਦ ਜੀ ਨਾਲ ਸੁਣਦੇ ਨਹੀਂ ਸੀ ਕਿਸੇ ਨੂੰ ਲੋਕ ਅੱਛਾ ਜੀ ਅਤੇ ਉਹਨਾਂ ਨਾਲ ਸੁਣ ਲੈਂਦੇ ਸੀ ਮੈਨੂੰ ਅੱਛਾ ਜੀ ਮੇਰੇ 2-3 ਗੀਤ ਹੋ ਜਾਂਦੇ ਸੀ ਫਿਰ ਮੈਂ ਵਿਹਲੇ ਟਾਈਮ ਉਹਨਾਂ ਨਾਲ ਪ੍ਰੋਗਰਾਮ 'ਤੇ ਵੀ ਚਲਿਆ ਜਾਂਦਾ ਸੀ ਅਤੇ ਬਾਕੀ ਸਾਰਾ ਮੈਂ ਦਫ਼ਤਰ ਦਾ ਸੰਭਾਲਦਾ ਸੀ ਕੰਮ ਮੇਨ ਤੁਸੀਂ ਦਫ਼ਤਰ ਮੇਨ ਦਫ਼ਤਰ ਦਾ ਪੈਸੇ ਪੂਸੇ ਜਮ੍ਹਾਂ ਕਰਾਉਣੇ ਸਾਰਾ ਅਤੇ ਇਹ ਮੇਰਾ ਕੰਮ ਹੁੰਦਾ ਸੀਗਾ ਮਤਲਬ ਚਮਕੀਲਾ ਸਾਹਿਬ ਇਹ ਕਹਿੰਦੇ ਸੀ ਵੀ ਚਲੋ ਯਾਰ ਤੂੰ ਜਿੱਥੇ ਵੀ ਤੈਨੂੰ ਪ੍ਰੋਗਰਾਮ ਮਿਲਦਾ ਤੂੰ ਕਰਿਆ ਕੋਈ ਦਿੱਕਤ ਨਹੀਂ ਨਹੀਂ ਫਿਰ ਸਟੇਜਾਂ ਵੀ ਤਾਂ ਸਿੱਖਣੀਆਂ ਸੀ ਮੈਂ ਹਾਂਜੀ ਤੇ ਜਿੱਥੇ ਤਾਂ ਚਮਕੀਲਾ ਮਰਜੋਤ ਦਾ ਪ੍ਰੋਗਰਾਮ ਹੁੰਦਾ ਸੀ ਵੈਸੇ ਚਮਕੀਲਾ ਹੀ ਹੁੰਦੀ ਸੀ ਉੱਥੇ ਤਾਂ ਚਮਕੀਲਾ ਚਮਕੀਲਾ ਹੁੰਦੀ ਸੀ ਮਤਲਬ ਗੀਤ ਗਾਉਣ ਦਾ ਟਾਈਮ ਵੀ ਨਹੀਂ ਮਿਲਦਾ ਸੀ ਮੈਂ ਗਿਆ ਇਹਨਾਂ ਨਾਲ ਕਈ ਵਾਰੀ ਗਿਆ ਮੈਂ ਇਹਨਾਂ ਦੇ ਬੀਬੀ ਗੁਰਮੇਲ ਕੌਰ ਦੇ ਭਰਾ ਦਾ ਵਿਆਹ ਸੀਗਾ ਉਦੋਂ ਮੈਂ ਉੱਥੇ ਪ੍ਰੋਗਰਾਮ ਵੀ ਲਾਇਆ ਉਸਤਾਦ ਜੀ ਨੇ ਮੂਹਰੇ ਬੈਠ ਕੇ ਸੁਣਿਆ ਅੱਛਾ ਜੀ ਮੈਂ ਪ੍ਰੋਗਰਾਮ ਲਾਇਆ ਉੱਥੇ ਡਿਊਟ ਠੀਕ ਹੈ ਹਾਂ ਨਹੀਂ ਅਕਸਰ ਮਤਲਬ ਕਿ ਤੁਸੀਂ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਸਟੇਜਾਂ ਤੇ ਗਿਆ ਮੈਂ ਤਾਂ ਹੀ ਤਾਂ ਕੋਈ ਸਿੱਖਣਾ ਨਾ ਸੰਗੀਤ ਦੀਆਂ ਤੇ ਫਿਰ ਸਾਰਾ ਦਿਨ ਹਾਰਮੋਨੀਅਮ ਤੇ ਲੱਗੇ ਰਹਿੰਦੇ ਸੀ ਅੱਛਾ ਤਰਜਾ ਬਣਾਉਣੀਆਂ ਸਾਡੇ ਸਾਹਮਣੇ ਬਣਾਉਣੀਆਂ ਗਾਣੇ ਲਿਖਣੇ ਸਾਡੇ ਸਾਹਮਣੇ ਲਿਖਣੇ ਮੈਨੂੰ ਕਹਿਣਾ ਲੈ ਲਿਖ ਬਈ ਅੱਛਾ ਪੇਪਰ ਤੇ ਮੈਨੂੰ ਕਹਿਣਾ ਲਿਖ ਅੱਛਾ ਅੱਛਾ ਕੋਈ ਯਾਦ ਹੈ ਤੁਹਾਡੇ ਗੀਤ ਕਿਹੜੇ ਕਿਹੜੇ ਤੁਹਾਡੇ ਸਾਹਮਣੇ ਲਿਖੇ ਹੋਏ ਕੋਈ ਕੀ ਸਿਚੁਏਸ਼ਨ 'ਚ ਬਣਿਆ ਕਿਹੜਾ ਗੀਤ ਕੋਈ ਧਿਆਨ ਹੈ ਜੀ ਉਹਨਾਂ ਦਾ ਨਾ ਉਹ ਵਜਾਈ ਜਾਂਦੇ ਸੀ ਇੱਥੋਂ ਵਜਾਈ ਜਾਣਾ ਐਂ ਕਦੇ ਕੋਈ ਬਦਲ ਲੈਣਾ ਕਦੇ ਕੋਈ ਬਦਲ ਲੈਣਾ ਉਹ ਅੰਦਰੋਂ ਨਾ ਜਦੋਂ ਗਾਣਾ ਬਣਾ ਕੇ ਕੱਢਦੇ ਸੀ ਅੱਛਾ ਉਹ ਪਹਿਲਾਂ ਨਹੀਂ ਪਤਾ ਲੱਗਦਾ ਸੀ ਵੀ ਕੀ ਕਰਦੇ ਇਹ ਤਰਜ ਪਹਿਲਾਂ ਹੀ ਬਣਾ ਲੈਂਦੇ ਤਰ ਤਰਜ ਪਹਿਲਾਂ ਬਣ ਕੇ ਗਾਣਾ ਲਿਖ ਕੇ ਫਿਰ ਜਾ ਕੇ ਸ਼ੋਅ ਕਰਦੇ ਵੀ ਆਹ ਗਾਣਾ ਅੱਛਾ 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 ਵੀ ਆ ਫਿਰ ਸੁਣਾਉਣਾ ਵੀ ਆ ਸਾਰਿਆਂ ਨੂੰ ਰਕਸ਼ੇ ਵਾਲਾ ਆ ਕੇ ਬਹਿ ਗਿਆ ਉਹਨੂੰ ਵੀ ਸੁਣਾਉਣਾ ਬਾਈ ਜੀ ਨਵਾਂ ਲਿਖਿਆ ਦੇਖਿਓ ਕਿਵੇਂ ਰਹੂਗਾ ਮਤਲਬ ਲੋਕਾਂ ਦੀ ਉਹ ਨਵਜ ਟਟੋਲਦੇ ਲੋਕਾਂ ਤੋਂ ਤਾਂ ਪੁੱਛਦੇ ਸੀ ਹਾਂਜੀ ਰਕਸ਼ੇ ਵਾਲੇ ਬਹਿ ਜਾਂਦੇ ਸੀ ਆ ਕੇ ਅਕਸਰ ਹੀ ਅਤੇ ਨਾ ਕਰ ਅਤੇ ਪੁੱਛਦੇ ਸੀ ਭਰਾਵਾ ਇਹ ਬੰਦੇ ਦੀ ਖਾਸੀਅਤ ਸੀ ਵੀ ਅੱਜ ਕੱਲ੍ਹ ਤਾਂ ਗੀਤ ਆਉਂਦਾ ਗਾ ਫਿਰ ਲੋਕਾਂ ਨੂੰ ਪਤਾ ਲੱਗਦਾ ਨਹੀਂ ਉਹ ਲੋਕਾਂ ਚੋਂ ਗੀਤ ਕੱਢਦੇ ਉਹ ਸਾਰੀ ਟੀਮ ਨੂੰ ਵੀ ਸੁਣਾਉਂਦੇ ਸੀ ਬਾਪਾ ਮੁੱਖਾ ਹੁੰਦਾ ਸੀਗਾ ਹਰਜੀਤ ਗਿੱਲ ਹੁੰਦਾ ਸੀ ਅਤੇ ਅਸੀਂ ਬੈਠ ਕੇ ਲਿਖਦੇ ਵੀ ਰਹੇ ਹਾਂ ਠੀਕ ਹੈ ਉਹਨੇ ਕਹਿਣਾ ਲਿਖੋ ਯਾਰ ਇੱਥੇ ਲਿਖੋ ਕੁਛ ਕੋਈ ਧਿਆਨ ਹੈ ਤੁਹਾਡੇ ਗੀਤ ਜਿਹੜਾ ਕੋਈ ਸਪੈਸ਼ਲ ਗੱਲ ਤੁਹਾਨੂੰ ਕੋਈ ਯਾਦ ਹੈ ਕੋਈ ਜਿਹੜਾ ਤੁਹਾਡੇ ਸਾਹਮਣੇ ਗੀਤ ਲਿਖਿਆ ਹੋਵੇ ਅਸੀਂ ਜਿਹੜਾ ਆਹ ਗੀਤ ਸੀ ਨਾ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ ਇਹ ਤਕਰੀਬਨ ਸਾਡੇ ਕੋਲ ਹੀ ਲਿਖਿਆ ਅਤੇ ਆਹ ਜਿਹੜਾ ਸੀਗਾ ਇੱਕ ਹੋਰ ਗਾਣਾ ਸੀਗਾ ਬੜਾ ਵਧੀਆ ਤੇਰੀ ਜਾਂਦੀ ਡੋਲੀ ਵੇਖ ਕੇ ਧਾ ਮੁੰਡੇ ਨੇ ਮਾਰੀ ਇਹ ਤਕਰੀਬਨ ਗੀਤ ਸਾਡੇ ਕੋਲ ਹੀ ਲਿਖੇ ਆ ਹਾਂ
ਤੇ ਇਹਨਾਂ ਨੂੰ ਕੋਈ ਲਿਖਣ ਵਾਸਤੇ ਖਾਸ ਔਰਾ ਜਾਂ ਕੋਈ ਖਾਸ ਵਕਤ ਨਹੀਂ ਚਾਹੀਦਾ ਸੀ? ਨਾ 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 ਨਾ, ਲਿਖਣ ਦੇ ਸਟੋਰੀ ਫਿਰਦੇ ਇਹ ਤਾਂ ਪਤਾ ਕੀ ਆ, ਇਹ ਤਾਂ ਜਦੋਂ ਹਾਰਮੋਨੀਅਮ ਦਫ਼ਤਰ ਆ ਕੇ ਬਹਿ ਜਾਂਦੇ ਸੀਗੇ, ਇਹ ਹਾਰਮੋਨੀਅਮ 'ਤੇ ਹੱਥ ਹੁੰਦਾ ਸੀ ਇਹਨਾਂ ਦਾ। ਅਸੀਂ ਰੋਟੀ ਵੀ ਅਸੀਂ ਯਾਦ ਕਰਾਉਂਦੇ ਸੀ ਜਦੋਂ ਸਾਨੂੰ ਭੁੱਖ ਲੱਗ ਜਾਣੀ ਨਾ ਬਹੁਤ ਜ਼ਿਆਦਾ, ਅਤੇ ਫਿਰ ਉਸਤਾਦ ਜੀ 2:30 ਵਜੇ ਰੋਟੀ ਦਾ ਕੀ ਪ੍ਰੋਗਰਾਮ ਆ, ਓਹ ਅੱਛਾ 2:30 ਵਜੇ ਜਾਂ ਲਿਆ ਫਿਰ ਰੋਟੀ ਲਿਆ, ਮਤਲਬ ਬੰਦਾ ਇੰਨਾ ਸੰਗੀਤ 'ਚ ਖੁੱਭਿਆ ਹੋਇਆ ਸੀ। ਹਾਂ ਹਾਂ ਹਾਂ, ਭੁੱਖ ਯਾਦ ਹੀ ਨਹੀਂ ਰਹਿੰਦੀ ਸੀ। ਇੱਕ ਨਾ ਅਸੀਂ ਤੁਹਾਨੂੰ ਹੋਰ ਪੁੱਛਣਾ ਚਾਹੁੰਦੇ ਵੀ ਜਿਹੜੇ ਮਹਾਨ ਗਾਇਕ ਹੁੰਦੇ ਆ, ਚਾਹੇ ਦਲਾਰ ਸੰਧੂ ਜੀ ਚਾਹੇ ਚਮਕੀਲਾ ਜੀ, ਉਹ ਜਦੋਂ ਦੁਨੀਆਂ ਤੋਂ ਚਲੇ ਗਏ ਜਨਾ ਖਣਾ ਕਹਿ ਜਾਂਦਾ ਵੀ ਅਸੀਂ ਉਹਨਾਂ ਤੋਂ ਸਿੱਖੇ ਹਾਂ, ਅਸੀਂ ਉਹਨਾਂ ਦੇ ਸ਼ਾਗਿਰਦ ਹਾਂ, ਤੁਸੀਂ ਕਿੰਨਾ ਕਿੰਨਾ ਨੂੰ ਵੇਖਿਆ ਵੀ ਚਮਕੀਲੇ ਦੇ ਸ਼ਾਗਿਰਦ, ਤੁਸੀਂ ਕਿੰਨਾ ਕਿੰਨਾ ਨੂੰ ਮੰਨਦੇ ਹੋ? ਸਾਡੇ ਇੱਕ ਤਾਂ ਮੁੰਡਾ ਹੁੰਦਾ ਸੀ ਡਰੋਲੀ ਤੋਂ, ਅੱਛਾ ਜਿੰਦਰ ਡਰੋਲੀ, ਅੱਛਾ ਜੀ, ਉਹ ਹੁਣ ਕੀਰਤਨ ਵਗੈਰਾ ਕਰਦਾ, ਅੱਛਾ ਜੀ, ਉਹ ਰਿਹਾ ਕੁਛ ਦੇਰ ਸੰਗੀਲਾ ਰਿਹਾ ਬਲਜਿੰਦਰ ਸੰਗੀਲਾ, ਅੱਛਾ ਜੀ, ਅਤੇ ਇੱਕ ਮੁੰਡਾ ਹੋਰ ਹੁੰਦਾ ਸੀ ਪੁਲਿਸ ਵਾਲਾ, ਉਹ ਵੀ ਸ਼ਾਗਿਰਦ ਪਿਆ ਸੀਗਾ ਪਰ ਉਹ ਸਿੱਖ ਨਹੀਂ ਸਕਿਆ, ਅੱਛਾ ਜੀ, ਉਹ ਫਿਰ ਪੁਲਿਸ 'ਚ ਭਰਤੀ ਹੋ ਗਿਆ ਅਤੇ ਫਿਰ ਉਹਦਾ ਇੱਧਰੋਂ ਖਿਆਲ ਹਟ ਗਿਆ, ਅਤੇ ਫਿਰ ਚਮਕਾਇਆ ਬੱਬੂ ਜੀ, ਅੱਛਾ ਜੀ, ਮੈਂ ਇਹਦੇ ਨਾਲੋਂ ਪਹਿਲਾਂ ਸੀਗਾ। ਤੁਸੀਂ ਪਹਿਲਾਂ? ਮੈਂ ਪਹਿਲਾਂ ਸੀਗਾ। ਅਤੇ ਰਣਜੀਤ ਮਣੀ? ਰਣਜੀਤ ਮਣੀ ਰਿਹਾ ਪਰ ਘੱਟ ਰਿਹਾ, ਅਸੀਂ ਤਾਂ ਫਿਰ ਕੋਲੇ ਹੀ ਰਹੇ ਨਾ, ਮੈਂ ਤਾਂ ਹਿਲਦਾ ਹੀ ਨਹੀਂ ਸੀਗਾ। ਹੁਣ ਇੱਕ ਬੇਨਤੀ ਹੈ ਜੀ ਵੀ ਤੁਸੀਂ ਉਹਨਾਂ ਤੋਂ ਸਿੱਖੇ ਆ ਚਮਕੀਲਾ ਜੀ ਦੇ ਸ਼ਾਗਿਰਦਾਂ, ਤੇ ਬੇਨਤੀ ਕਰਦੇ ਆ ਵੀ ਕੋਈ ਬੰਦਗੀ ਪੇਸ਼ ਕਰ ਦਿਓ, ਕੋਈ ਗੀਤ ਸੁਣਾ ਦਿਓ ਸਾਨੂੰ, ਜਿਹੜਾ ਕੋਈ ਤੁਹਾਡਾ ਆਉਣ ਵਾਲਾ ਹੋਵੇ ਜਾਂ ਆਇਆ ਹੋਵੇ। ਨਹੀਂ, ਮੇਰਾ ਆਇਆ ਗੀਤ ਆ, ਕੋਈ ਵੀ ਬੜਾ ਵਧੀਆ ਗਾਣਾ, ਕਿਉਂਕਿ ਤੁਸੀਂ ਵੀ ਅੱਜ ਕੱਲ ਗਾਇਕੀ ਲੈ ਕੇ ਉਦੋਂ ਦੇ ਜੁੜੇ ਹੀ ਹੋਏ ਲੱਗਦਾ। ਨਹੀਂ ਨਹੀਂ, ਆਪਣਾ ਤਾਂ ਕੰਮ ਹੀ ਇਹ ਆ, ਆਪਾਂ ਤਾਂ ਕਰਦੇ ਹੀ ਆ, ਕੋਈ ਵੀ ਗੀਤ ਪੇਸ਼ ਕਰਦੇ ਆ, ਬਾਅਦ ਆਪਾਂ ਗੱਲਾਂ ਬਾਤਾਂ ਹੋਰ ਕਰਦੇ ਆ। ਮੇਰਾ ਨਾ ਗਾਣਾ ਬੜਾ ਚੰਗਾ ਰਿਹਾ ਸੀਗਾ, ਉਹ ਲੋਕਾਂ ਨੇ ਪਸੰਦ ਕੀਤਾ, ਟਰੱਕ ਡਰਾਈਵਰਾਂ ਦਾ ਗੀਤ ਆ, ਬੜਾ ਲੈਕ ਕੀਤਾ ਲੋਕਾਂ ਨੇ। ਗੋਰੇ ਰੰਗ ਦਾ ਪਿਆਜ ਪਾ ਕੇ, ਹਾਸੇ ਦਾ ਮਸਾਲਾ ਪਾ ਕੇ, ਪਿਆਰ ਦਾ ਲਸਣ ਲਾਵੇਂ ਤੜਕਾ ਨਿਰਾਲਾ, ਪਾ ਕੇ ਪਿਆਰ ਦਾ ਲਸਣ ਲਾਵੇਂ ਤੜਕਾ ਨਿਰਾਲਾ, ਤੇਰੀ ਚਟਣੀ ਦੇ ਵੱਖਰੇ ਨਜ਼ਾਰੇ, ਉਹ ਕੜਛੀ ਖਵਾ ਕੇ ਦਾਲ ਦੀ ਨੀਲਾਲੇ ਚਾਟ ਤੇ ਟਰੱਕਾਂ ਵਾਲੇ ਸਾਰੇ, ਤੂੰ ਕੜਛੀ ਖਵਾ ਕੇ ਦਾਲ ਦੀ ਬਿਨਾਂ ਗੱਲੋਂ ਕਿਹੜਾ ਪੱਲਾ ਖੜਦਾ ਹਰੇਕ ਵੇ, ਐਵੇਂ ਤਾਂ ਨਹੀਂ ਮਾਰਦੇ ਡਰਾਈਵਰ ਬਰੇਕ ਵੇ, ਐਵੇਂ ਤਾਂ ਨਹੀਂ ਮਾਰਦੇ ਡਰਾਈਵਰ ਬਰੇਕ, ਜੀ ਟੀ ਰੋਡ ਤੇ ਹੁਸਨ ਦਾ ਨਾਕਾ, ਮੁੱਲ ਨੂੰ ਖਵਾਉਂਦੀ ਰੋਟੀਆਂ ਵੇਦੇ ਮਾਂ ਸੋਹਣਿਆ ਮੁਖਤ ਦਾ ਚਾਕਾ, ਵੇ ਮੁੱਲ ਨੂੰ ਖਵਾਉਂਦੀ ਰੋਟੀਆਂ ਜੰਮੂ ਕਸ਼ਮੀਰੋਂ ਲੱਦ ਤੁਰਦੇ ਫਰੂਟ ਨੀ, ਤੇਰੇ ਕੋਲੇ ਆਉਨੇ ਆਮ ਕਾ ਕੇ ਲੰਮੇ ਰੂਟ ਨੀ, ਉਹ ਤੇਰੇ ਕੋਲੇ ਆਉਨੇ ਆਮ ਕਾ ਕੇ ਲੰਮੇ ਰੂਟ ਨੀ, ਨਖਰੇ ਅਦਾਵਾਂ ਨਾਲ ਲਾਉਣੀਏ ਤਖੇਵਾਂ ਨੀ, ਨਖਰੇ ਅਦਾਵਾਂ ਨਾਲ ਲਾਉਣੀਏ ਤਖੇਵਾਂ, ਅਸੀਂ ਹੁੰਨੇ ਆ ਸਫ਼ਰ ਦੇ ਮਾਰੇ, ਕੜਛੀ ਖਵਾ ਕੇ ਦਾਲ ਦੀ ਨੀਲਾਲੇ ਚਾਟ ਤੇ ਟਰੱਕਾਂ ਵਾਲੇ ਸਾਰੇ, ਤੂੰ ਕੜਛੀ ਖਵਾ ਕੇ ਦਾਲ ਦੀ ਵੇ ਮੁੱਲ ਨੂੰ ਖਵਾਉਂਦੀ ਰੋਟੀਆਂ, ਨੀ ਕੜਛੀ ਖਵਾ ਕੇ ਦਾਲ ਦੀ। ਠੀਕ ਹੈ ਜੀ, ਇਹ ਢਾਬੇ ਵਾਲੀ ਦਾ ਗੀਤ ਆ, ਡਰਾਈਵਰ ਵੀਰ ਸ਼ੁਗਲ ਮੇਲਾ ਕਰਦੇ ਆ ਉਹਦੇ ਕੋਲੇ ਖੜੇ।
ਅਤੇ ਉਹਨੂੰ ਕਹਿੰਦਾ ਵੀ ਤੇਰਾ ਵਿੱਚ ਤਾਂ ਕੁਛ ਨਹੀਂ ਹੁੰਦਾ ਗਾ, ਸਿਰਫ ਗੋਰੇ ਰੰਗ ਦੇ ਪਿਆਜ਼ ਦਾ ਤੜਕਾ ਹੀ ਆ ਤੇਰਾ। ਕਿਹਨੇ ਲਿਖਿਆ ਜੀ ਇਹ ਗੀਤ? ਇਹ ਮੈਂ ਖੁਦ ਹੀ ਲਿਖਿਆ ਸੀ। ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਹੈ ਜੀ। ਹਾਂ ਚਲੋ ਧੰਨਵਾਦ ਆ ਤੁਹਾਡਾ। ਅਤੇ ਜਿਹੜੀ ਪਿੱਛੇ ਜੇ ਚਮਕੀਲਾ ਫਿਲਮ ਆਈ, ਹਾਂਜੀ, ਉਹਦੇ ਤੁਹਾਡਾ ਰੋਲ ਬੜਾ ਬਖੂਬੀ ਰਿਹਾ, ਹੈ ਨਾ? ਹਾਂ। ਤੁਸੀਂ ਉਸ ਚੀਜ਼ ਨੂੰ ਪੂਰਾ ਆਪਦਾ ਮਤਲਬ ਮੰਨਦੇ ਹੋ, ਖੁਸ਼ਕਿਸਮਤੀ ਵੀ ਤੁਹਾਨੂੰ ਲੱਗਦਾ ਵੀ ਜੋ ਨਹੀਂ? ਚਲੋ ਉਹ ਤਾਂ ਬਰਾੜ ਸਾਹਿਬ ਹੈਗੀ ਆ, ਅਤੇ ਬਾਕੀ ਜੋ ਅਸੀਂ ਵੇਖਿਆ ਨਾ, ਜੋ ਹੰਢਾਇਆ, ਉਹ ਕੁਛ ਫਿਲਮ ਦੇ ਵਿੱਚ ਵਿਖਾ ਨਹੀਂ ਸਕੇ। ਅੱਛਾ, ਤੁਹਾਨੂੰ ਗਿਲਾ ਇਸ ਗੱਲ ਦਾ? ਹਾਂ, ਥੋੜ੍ਹੀ ਕਹਾਣੀ। ਇੱਕ ਤਾਂ ਜਿਹੜੀ ਬੀਬੀ ਅਮਰਜੋਤ ਦੀ ਸਟੇਜ 'ਤੇ ਖੜਨ ਦਾ, ਸਟੇਜ 'ਤੇ ਕੰਮ ਕਰਨ ਦਾ ਉਹਨਾਂ ਦੀ ਤਾੜੀ ਦਾ ਤਰੀਕਾ, ਉਹ ਨਹੀਂ ਉਹ ਕਾਬੂ ਕਰ ਸਕੇ। ਹਾਲਾਂਕਿ ਕਿੱਟੂ, ਤੇਜਵੰਤ ਕਿੱਟੂ ਇਸ ਗੱਲ ਦਾ ਦਾਅਵਾ ਕਰਦਾ ਵੀ ਮੈਂ ਬੜੀ ਮਿਹਨਤ ਕਰਾਈ ਆ ਪਰਨੀਤੀ ਚੋਪੜਾ ਦੀ। ਅੱਛਾ ਜੀ। ਹਾਲਾਂਕਿ ਉੱਥੇ ਮੇਰੇ ਕੋਲ ਟਾਈਮ ਦੀ ਘਾਟ ਸੀਗੀ, ਉੱਥੇ ਮੈਂ ਜਾਣਾ ਸੀ ਉਹਨੂੰ ਦੱਸਣ ਵਾਸਤੇ। ਅੱਛਾ, ਤੁਹਾਨੂੰ ਕਿਹਾ ਗਿਆ? ਮੈਨੂੰ, ਮੇਰੇ ਕੋਲ ਤਾਂ ਆਇਆ ਪਹਿਲਾਂ ਮੁਮਤਾਜ਼ ਅਲੀ ਦਾ ਭਰਾ ਆਇਆ ਮੇਰੇ ਕੋਲ ਦੋ ਵਾਰੀ, ਠੀਕ ਆ, ਫਿਰ ਇਹਨਾਂ ਦੀ ਬਾਕੀ ਟੀਮ ਆਉਂਦੀ ਰਹੀ, ਫਿਰ ਖੁਦ ਆਇਆ ਉਹ ਫਿਰ ਮੈਨੂੰ ਜਿੱਦੇ ਜੋ ਆਪ ਆਏ ਆ, ਅਸੀਂ ਸੀਬੀਏ ਦੇ ਬੈਠੇ ਸੀ ਸਵਰਨ ਸੀਬੀ ਦੇ ਘਰ, ਉਹਦੇ ਫਿਰ ਉਹਨੇ ਮੈਨੂੰ ਦੱਸਿਆ। ਅੱਛਾ। ਅਸੀਂ, ਮੈਂ ਉੱਥੇ ਘਰ ਬਣਾਉਂਦਾ ਸੀਗਾ ਜੀ, ਅਤੇ ਮੈਂ ਕਿਹਾ ਵੀ ਮੇਰੇ ਕੋਲ ਸੀਬੀਏ ਟਾਈਮ ਘੱਟ ਆ ਵੀ ਮੈਨੂੰ ਜਲਦੀ ਵਿਹਲਾ ਕਰਨੀ, ਫਿਰ ਉਹ ਮੈਨੂੰ ਕਹਿੰਦਾ ਵੀ ਤੈਨੂੰ ਛੱਡ ਕੇ ਆਉਂਦੇ ਅਸੀਂ, ਮੁਮਤਾਜ਼ ਲਈ ਮੇਰੇ ਉੱਥੇ ਘਰ ਗਿਆ। ਠੀਕ ਹੈ। ਅਤੇ ਫਿਰ ਮੈਨੂੰ ਰਾਹ 'ਚ ਗੱਡੀ 'ਚ ਅਸੀਂ ਪਿੱਛੇ ਬੈਠੇ ਹਾਂ, ਸੀਬੀਏ ਮੂਹਰੇ ਬੈਠਾ ਡਰਾਈਵਰ ਚਲਾਉਂਦਾ, ਫਿਰ ਉਹਨੇ ਮੈਨੂੰ ਦੱਸਿਆ ਵੀ ਤੁਹਾਡਾ ਰੋਲ ਰੱਖਣਾ ਜੀ। ਠੀਕ ਹੈ। ਅੱਛਾ, ਜੇ ਆਪਾਂ ਹਟ ਕੇ ਹੁਣ ਇਹ ਤੋਂ ਗੱਲ ਕਰੀਏ ਦਫ਼ਤਰਾਂ 'ਤੇ ਆਈਏ ਵਾਪਸ। ਹਾਂਜੀ ਹਾਂਜੀ। ਉੱਥੇ ਤੁਸੀਂ ਦੇਖਦੇ ਰਹੇ ਹੋ ਦਦਾਰ ਸੰਧੂ ਦੀ, ਜਿਵੇਂ ਆਪਾਂ ਗੱਲ ਕੀਤੀ। ਹਾਂਜੀ ਹਾਂਜੀ। ਇਹ ਵੀ ਉੱਥੇ ਗੀਤ ਵਗੈਰਾ ਲਿਖਦੇ ਤੁਸੀਂ ਦੇਖੇ ਆ ਸੰਧੂ ਸਾਹਿਬ ਵੀ? ਸੰਧੂ ਸਾਹਿਬ ਸਾਹਮਣੇ ਪਾਰਕ ਜਦੋਂ ਫਿਰਦੇ ਸੀ ਨਾ ਜੀ, ਇਹ ਇੰਨਾ ਹੱਥ 'ਚ ਰੁਮਾਲ ਰੱਖਦੇ ਸੀਗੇ, ਐਂ ਕਰਦੇ ਕਰਦੇ ਨਾ ਫਿਰਦੇ ਹੁੰਦੇ ਸੀਗੇ, ਇਹਨਾਂ ਨੇ ਤੁਰੇ ਫਿਰਨਾ ਅਤੇ ਗਾਣਾ ਇਹਨਾਂ ਦੇ ਦਿਮਾਗ 'ਚ ਘੁੰਮਦਾ ਹੁੰਦਾ ਸੀਗਾ। ਸਾਨੂੰ ਪਤਾ ਲੱਗ ਜਾਂਦਾ ਵੀ ਸੰਧੂ ਸਾਹਿਬ ਕੁਛ ਲਿਖ ਰਹੇ ਆ, ਇਕੱਲੇ ਫਿਰਦੇ ਹੁੰਦੇ ਸੀਗੇ। ਅਤੇ ਉਹਨਾਂ ਦਾ, ਸੰਧੂ ਸਾਹਿਬ ਦਾ ਤਾਂ ਜਵਾਬ ਹੀ ਨਹੀਂ ਗਾ, ਠੀਕ ਹੈ ਨਾ, ਉਹ ਤਾਂ ਮੇਰੇ ਖਿਆਲ ਉਹਨਾਂ ਨੇ ਪੇਪਰਾਂ 'ਤੇ ਕਦੇ ਗਾਣਾ ਲਿਖਿਆ ਹੀ ਨਹੀਂ ਹੋਣਾ, ਵੈਸੇ ਹੀ ਯਾਦ ਕਰ ਲੈਂਦੇ ਸੀ। ਠੀਕ ਹੈ। ਹਾਂ। ਅੱਛਾ, ਤੁਹਾਨੂੰ ਪਿੰਡ ਲੈ ਜਾਂਦੇ ਸੀ? ਮੈਨੂੰ ਸ਼ਾਮ ਨੂੰ ਕਹਿਣਾ ਪਿੰਡ ਵਾਲਾ ਕੀ ਕਰਨਾ, ਮੈਂ ਕੀ ਕਰਨਾ ਹੁੰਦਾ ਜੀ, ਮੈਂ ਕਿਹਾ ਰੋਟੀਆਂ ਖਾਣੀਆਂ ਉੱਥੇ ਖਾਵਾਂਗੇ ਜਾ ਕੇ। ਰਾਤ ਰਹਿੰਦੇ ਹੁੰਦੇ ਸੀਗੇ। ਤੁਸੀਂ ਮਤਲਬ ਪਰੋਵਾਲ ਬੜੀਆਂ ਰਾਤਾਂ ਰਹੇ ਹੋ? ਪਰੋਵਾਲ ਬਹੁਤ, ਮੈਂ ਤਾਂ ਬਹੁਤ ਰਿਹਾ। ਮੈਂ ਨਾ ਇੱਕ ਰਾਤ ਹੀ ਵੇਖਦਾ ਸੀ ਉਹਨਾਂ ਦਾ ਜਦੋਂ ਬਾਹਰ ਗਏ ਸੀ ਨਾ, ਉਹ ਕਦੇ 99-90 ਦੇ ਵਿੱਚ, ਉਹ ਕੈਨੇਡਾ ਦਾ ਸੀ ਪ੍ਰੋਗਰਾਮ। ਅੱਛਾ ਅੱਛਾ। ਉਹਦੇ ਵਿੱਚ ਵੀ ਯਾਨੀ ਉਹਨਾਂ ਦੀ ਸਾਦਗੀ ਐਂ ਝਲਕਦੀ ਹੈ ਵੀ ਏਡਾ ਵੱਡਾ ਕਲਾਕਾਰ ਹੋ ਕੇ ਤੂੰ ਵੀ ਨੂੰ ਨਾ ਉਹ ਸਟੇਜ ਦੇ ਉੱਪਰ ਥੱਲੇ ਰੱਖ ਲੈਂਦੇ ਆ, ਆਪੇ ਚੱਕਦੇ ਅੱਜ ਕੱਲ੍ਹ ਤਾਂ ਗਾਇਕਾਂ ਨਾਲ ਬਾਉਂਸਰ, ਪਤਾ ਨੀ ਹੋਰ ਕਿੰਨਾ ਕੁਛ। ਨਹੀਂ ਕਿੱਥੇ ਬਾਉਂਸਰ ਬੂੰਸਰ, ਉਦੋਂ ਤਾਂ ਬਾਹਲੀ ਸਾਦਗੀ ਸੀਗੀ ਯਾਰ, ਕਮਾਲ। ਦਰਅਸਲ ਉਹ ਲੋਕ ਗਾਇਕ ਸੀਗੇ, ਹੁਣ ਵਾਲੇ ਜਿਹੜੇ ਲੋਕ ਗਾਇਕ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ, ਕਿਸੇ ਨਾਲ ਫੋਟੋ ਨਹੀਂ ਲਾਉਣੀ, ਕਿਸੇ ਦਾ ਧੰਨਵਾਦ ਨਹੀਂ ਕਰਨਾ, ਕਿਸੇ ਦਾ ਕਰਦੇ ਧੰਨਵਾਦ, ਸਿਰਫ ਅਨਾਊਂਸਰ ਨੇ ਅਨਾਊਂਸ ਕਰਨਾ, ਉਹਨੇ ਗਾਉਣ ਲੱਗਣਾ, ਕਿਸੇ ਦਾ ਕੋਈ ਧੰਨਵਾਦ ਨਹੀਂ, ਕਿਸੇ ਦਾ ਕੋਈ ਇਹ ਨਹੀਂ ਗਾ ਵੀ ਰੁਪਈਏ ਦੇਣ ਵਾਲੇ ਦਾ ਵੀ ਧੰਨਵਾਦ ਨਹੀਂ ਕਰਦੇ। ਸੰਧੂ ਸਾਹਿਬ ਨਾ ਗੱਲ ਬੜੀ ਵਧੀਆ ਕਰਦੇ ਸੀ। ਅੱਛਾ ਜੀ। ਗੱਲ ਉਹ ਤੁਸੀਂ ਕਦੇ ਪਹਿਲਾਂ ਵੀ ਪੜ੍ਹੀ ਸੁਣੀ ਹੋਣੀ ਗੱਲ, ਉਹ ਹਾਥੀ ਵਾਲੀ, ਮਸਤਾਨੇ ਵਾਲੀ, ਸੁੱਖੀ ਦੇ ਡੈਡੀ ਵਾਲੀ, ਸੁੱਖੀ ਦੇ ਫਾਦਰ ਸਾਹਿਬ ਗੁਰਨਾਮ ਮਸਤਾਨਾ, ਅਤੇ ਉਹ ਕਾਫੀ ਹੈਵੀ ਸੀਗੇ, ਮੋਟੇ ਸੀ ਕਾਫੀ, ਅਤੇ ਬਾਹਰ ਕੁਰਸੀਆਂ 'ਤੇ ਬੈਠੇ, ਅਤੇ ਹਾਥੀ ਵਾਲੇ ਭਾਈ ਆ ਗਏ। ਅੱਛਾ ਜੀ। ਹਾਥੀ ਵਾਲੇ ਮੰਗਦੇ ਮੂੰਗਦੇ ਹੁੰਦੇ ਆ ਵੀ ਦਿਓ ਭਾਈ ਹਾਥੀ ਵਾਸਤੇ ਕੁਛ, ਅਤੇ ਉਹ ਕਹਿੰਦੇ ਜੀ ਦਿਓ ਕੁਛ ਸਾਡੇ ਹਾਥੀ ਵਾਸਤੇ, ਹੈਂ।
ਤੇ ਸੰਧੂ ਸਾਹਿਬ ਮਸਤਾਨੇ ਤੇ ਹੱਥ ਧਰ ਕੇ ਕਹਿੰਦੇ ਮੇਰਾ ਤਾਂ ਆਪਦਾ ਭੁੱਖਾ ਬੈਠਾ, ਤੁਹਾਨੂੰ ਕੀ ਦੇਵਾਂ, ਤੁਹਾਡੇ ਹੱਥੀ ਵਾਸਤੇ ਕੀ ਦੇਵਾਂ। ਹੈਂ ਉਹ ਬੜਾ ਬੜਾ ਉਸ ਗੱਲ ਦਾ ਹਾਸਾ ਪਿਆ ਸੀਗਾ, ਉਹ ਜਦੋਂ ਕਿਤੇ ਗੱਲ ਯਾਦ ਕਰਨੀ ਉਹ ਉਦੋਂ ਹੀ ਹਾਸਾ ਪੈ ਜਾਣਾ ਉਸ ਗੱਲ 'ਤੇ। ਹਾਜ਼ਰ ਜਵਾਬ ਵਾਲੇ ਬਾਲੇ 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 ਹਾਜ਼ਰ ਜਵਾਬ ਬਹੁਤ ਵਧੀਆ ਸੀਗੇ। ਅਤੇ ਤੁਸੀਂ ਜਦੋਂ ਇਹ ਹੋਇਆ ਕੰਮ ਤੁਹਾਡੇ ਉਸਤਾਦ ਜੀ ਦੇ ਵਾਲਾ, ਇਹਨਾਂ ਦੀ ਮੌਤ ਹੋਈ ਹੈ, ਹਾਂਜੀ, ਉਦੋਂ ਕਿੱਥੇ ਮੌਜੂਦ ਸੀ ਤੁਸੀਂ? ਮੈਂ ਨਾ ਉਦੋਂ ਦਰਅਸਲ ਕਿਸੇ ਹੋਰ ਪ੍ਰੋਗਰਾਮ 'ਤੇ ਗਿਆ ਹੋਇਆ ਸੀ, ਮੈਂ ਉਦੋਂ ਪ੍ਰੋਗਰਾਮ ਲਾਉਣ ਲੱਗ ਗਿਆ ਸੀਗਾ, ਥੋੜ੍ਹੇ 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 ਪ੍ਰੋਗਰਾਮ ਲਾਉਣ ਲੱਗ ਗਿਆ ਸੀਗਾ ਜੀ। ਮੇਰਾ ਨਾ ਇੱਧਰ ਗਿੱਲਾਂ ਵਾਲਾ ਪ੍ਰੋਗਰਾਮ ਸੀਗਾ, ਠੀਕ ਹੈ, ਅਤੇ ਕੁਦਰਤੀ ਆ ਵੀ ਕਰ ਮੇਰਾ ਨਾ ਦਿਲ ਨਾ ਲੱਗੇ ਕਿਤੇ ਸਾਰਾ ਦਿਨ, ਮੇਰਾ ਨਾ ਕੰਮ 'ਤੇ ਵੀ ਨਾ ਦਿਲ ਲੱਗੇ, ਪ੍ਰੋਗਰਾਮ 'ਤੇ ਵੀ ਬੜਾ ਜਿਹੜਾ ਨਾ ਮਨ ਜਿਹਾ ਉੱਡਿਆ ਉੱਡਿਆ ਜਿਹਾ ਰਿਹਾ ਵੀ ਜਿਵੇਂ ਕੁਛ ਨਾ ਕੁਛ ਹੋਣ ਵਾਲਾ। ਹਾਂਜੀ, ਜਦੋਂ ਮੈਂ ਦਫ਼ਤਰ ਆਇਆ ਉਦੋਂ ਹੀ ਪਤਾ ਲੱਗ ਗਿਆ ਸਾਨੂੰ, ਖਬਰ ਆ ਗਈ, ਫਿਰ ਅਸੀਂ ਉਦੋਂ ਫਲੋਰ ਚਲੇ ਗਏ ਅਤੇ ਫਿਰ ਅਸੀਂ ਲੈਂਦੀਆਂ ਡੈੱਡ ਬੋਡੀਆਂ ਚੱਕ ਕੇ, ਹਾਂਜੀ, ਪਰਾਲੀ ਸੁੱਟ ਗਏ, ਪਰਾਲੀ ਦੇ ਉੱਤੇ ਪਾ ਕੇ, ਅਤੇ ਪੰਮਾ ਗੁੱਜਰ ਵਾਲੀਆ ਸੀਗਾ ਅਤੇ ਚਮਕ ਸੀਗਾ ਅਤੇ ਮੈਂ ਸੀਗਾ, ਤਿੰਨੇ ਜਣੇ ਸੀ ਅਸੀਂ ਗੱਡੀ 'ਚ ਅਤੇ ਉੱਥੇ ਜਮਾਲਪੁਰ ਲਾਹੀਆਂ ਜਾ ਕੇ। ਉਦੋਂ ਪਹਿਲਾਂ ਬਲਦੇਵ ਦੇਬੂ ਦੀ ਡੈੱਡ ਬੋਡੀ ਉੱਥੋਂ ਲੈ ਗਏ ਸੀ ਫਲੋਰ ਉਹਦੇ ਘਰ ਦੇ, ਠੀਕ ਹੈ, ਅਤੇ ਗਿੱਲ ਦੀ ਇੱਥੇ ਲਿਆਂਦੀ ਸੀ ਉਹ ਦੂਜੇ ਦਿਨ ਲੈ ਕੇ ਗਏ ਫਿਰ ਉਹਨਾਂ ਦੇ ਪਿੰਡ ਦੇ ਬੰਦੇ। ਅਤੇ ਜਦੋਂ ਇਹ ਮਤਲਬ ਘਟਨਾ ਤੁਹਾਨੂੰ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਦੋਂ ਬਾਅਦ ਕਿੰਨਾ ਵਿਚ ਦੂਸਰੇ ਕਲਾਕਾਰਾਂ ਦੇ ਪ੍ਰੋਗਰਾਮ ਡਿਸਟਰਬ ਰਹੇ, ਬੰਦ ਰਹੇ, ਕੀ ਹੋਇਆ? ਕਲਾਕਾਰਾਂ ਨੇ ਦਰਅਸਲ ਨਾ ਆਪਣੇ ਆਪ ਹੀ ਥੋੜ੍ਹੀ ਦੇਰ ਬੰਦ ਕਰਤਾ ਸੀਗਾ, ਠੀਕ ਹੈ, ਡਰ ਹੀ ਇੰਨਾ ਗਏ ਸੀਗੇ, ਠੀਕ, ਡਰ ਹੀ ਬਹੁਤ ਸੀਗਾ, ਇੱਕ ਵਾਰੀ ਤਾਂ ਤਕਰੀਬਨ ਬੋਰਡ ਬਾਰਡ ਵੀ ਲੈ ਗਏ ਸੀਗੇ, ਠੀਕ ਹੈ, ਠੀਕ ਹੈ ਨਾ, ਅਤੇ ਅਸੀਂ ਜਿਹੜਾ ਦਫ਼ਤਰ ਨਾ ਅਸੀਂ ਅਸੀਂ ਰੱਖਿਆ ਸੀਗਾ, ਅੱਛਾ, ਅਸੀਂ ਖੋਲ੍ਹਦੇ ਹੁੰਦੇ ਸੀ, ਕੁਲਦੀਪ ਪਾਰਸ ਦਾ ਨਾਲ ਦਾ ਦਫ਼ਤਰ ਸੀਗਾ, ਠੀਕ ਹੈ ਜੀ, ਅਤੇ ਅਸੀਂ ਉਸਤਾਦ ਜੀ ਵਾਲਾ ਦਫ਼ਤਰ ਮੋਗੇ ਵਾਲੇ ਡਾਕਟਰ ਤੋਂ ਲੈ ਲਿਆ ਸੀ ਕਿਰਾਏ 'ਤੇ, ਫਿਰ ਅਸੀਂ ਆਪਦੀਆਂ ਫੋਟੋ ਲਾ ਲਈਆਂ ਸੀਗੀਆਂ, ਕੁਛ ਉਸਤਾਦ ਜੀ ਦੀਆਂ ਲੱਗੀਆਂ ਸੀ, ਅਤੇ ਇੱਦਾਂ ਕਰਕੇ ਪਹਿਲਾਂ ਤਾਂ ਪਹਿਲਾਂ ਲੋਕ ਹੀ ਚੱਕ ਕੇ ਲੈ ਗਏ ਉਸਤਾਦ ਜੀ ਦੀਆਂ ਫੋਟੋ, ਡੈਰੀ ਡੂਰੀ ਪਤਾ ਨਹੀਂ ਕੌਣ ਲੈ ਗਿਆ ਚੱਕ ਕੇ, ਅਤੇ ਉਦੋਂ ਨੁਕਸਾਨ ਵੀ ਕਾਫੀ ਹੋਇਆ, ਠੀਕ ਹੈ ਨਾ, ਕੁਛ ਲੋਕ ਆ ਜਿਹੜੇ ਸਾਨੂੰ ਹੁਣ ਬੰਦੇ ਕਿਤੇ ਨਜ਼ਰ ਨਹੀਂ ਆਏ ਗੇ, ਜਗਦੇਵ ਸਿੰਘ ਜੱਸੋਵਾਲ, ਦਦਾਰ ਸੰਧੂ, ਚਮਕੀਲਾ ਜੀ, ਇਹਨਾਂ ਵਰਗਾ ਕੋਈ ਬੰਦਾ ਹੈ ਹੀ ਨਹੀਂ ਗਾ ਵੀ ਜਿਹੜਾ ਉਹਦਾ ਤੋੜ ਆਪਾਂ ਬਰਾਬਰ ਖੜਾ ਕਰ ਲਈਏ, ਉਹ ਘਾਟਾ ਹੀ ਨਹੀਂ ਪੂਰਾ ਹੁੰਦਾ ਗਾ। ਫਿਰ ਬੈਂਕ ਪੈਸੇ ਜਮ੍ਹਾਂ ਕਰਾਉਣ ਜਾਣੇ, ਉਹ ਬਿਨਾਂ ਗਿਣੇ ਫੜਾ ਕੇ ਜਾਂਦੇ ਸੀ, ਅੱਛਾ, ਉਹਨਾਂ ਨੇ ਗਿਣੇ ਹੋਣਗੇ ਪਰ ਮੈਨੂੰ ਨਹੀਂ ਦੱਸਦੇ ਸੀ ਕਿੰਨੇ ਆ, ਮੈਨੂੰ ਕਹਿਣਾ ਦੁੱਗਰੀ ਜਾ ਜੀ, ਐਂ ਅਖਬਾਰ 'ਚ ਲਪੇਟੇ ਹੁੰਦੇ ਸੀਗੇ, ਅਤੇ ਮੈਨੂੰ ਨਾਲ ਦੇ ਮੁੰਡਿਆਂ ਨੇ ਕਹਿਣਾ ਵੀ ਰੋਟੀ ਲਿਆ ਜਾ ਸਾਹ ਜੀ, ਮੈਂ ਕਹਿਣਾ ਹਾਂ, ਹੈਂ, ਮੈਨੂੰ ਕਹਿਣਾ ਦੁੱਗਰੀ ਜਾ ਜੀ, ਮੈਂ ਉੱਥੇ ਬੈਂਕ ਜਾ ਕੇ ਰੱਖਣੇ, ਉਹਨੇ ਮੈਨੇਜਰ ਨੇ ਗਿਣਨੇ ਅਤੇ ਮੈਨੂੰ ਪਰਚੀ ਦੇਣੀ ਕੱਟ ਕੇ, ਬਸ ਇਹੋ ਜਿਹਾ ਕੰਮ ਸੀਗਾ। ਅਤੇ ਜਿਹੜਾ ਇਹ ਵੀ ਪਰਖ ਹੀ ਹੁੰਦੀ ਹੈ, ਬਿਲਕੁਲ ਵੀ ਦੇਖੀਏ ਕੋਈ ਵਿੱਚੋਂ ਕੱਢਦਾ ਤਾਂ ਨਹੀਂ, ਅਤੇ ਫਿਰ ਮੇਰੇ ਕੋਲ ਐਗਰੀਮੈਂਟ ਹੁੰਦੇ ਸੀਗੇ ਪ੍ਰੋਗਰਾਮ ਜਿਹੜੇ ਬੁੱਕ ਕਰਦੇ ਸੀਗੇ, ਉਹਨਾਂ 'ਚ ਕਈ ਵਾਰੀ ਅਸੀਂ ਖਰਚ ਲੈਂਦੇ ਸੀ ਵਿੱਚੋਂ ਪੈਸੇ, ਜਦੋਂ ਕਿਤੇ ਜ਼ਿਆਦਾ ਲੋੜ ਪੈਂਦੀ ਸੀ ਫਿਰ ਖਰਚ ਵੀ ਲਈਦੇ ਸੀਗੇ, ਰੋਟੀ ਖਾਣੀ ਜਾਂ ਹੋਰ ਕੋਈ ਲੋੜ ਪੈਣੀ ਆ, ਅਤੇ ਸਾਨੂੰ ਕਦੇ ਨਹੀਂ ਪੁੱਛਿਆ ਸੀਗਾ ਵੀ ਕਿੱਧਰ ਗਏ ਪੈਸੇ। ਅਸੀਂ ਤਾਂ ਅਜੇ 4500 ਰੁਪਈਆ ਮੰਗਣਾ, ਅਤੇ ਫਿਰ ਅਗਲੇ ਕਹਿਣਾ ਚੱਲ ਯਾਰ 500 ਘੱਟ ਕਰ ਲਓ, ਅਸੀਂ ਤਾਂ ਇੰਨਾ ਕੀ ਕਰਦੇ ਸੀ, ਇਹਨਾਂ ਨੇ ਕਈ ਵਾਰੀ 3500  'ਚ ਹੀ ਕਰ ਲੈਣਾ, ਜੋ ਬੰਦੇ ਨੇ ਬਾਹਲਾ ਗਲ ਪੈਣਾ ਨਾ ਉਹ ਚੱਲ ਕੋਈ ਨਹੀਂ ਬਾਹਲਾ ਕਹਿੰਦੇ ਆ, ਜਾਣ ਦਾ ਜਵਾਬ ਹੀ ਨਹੀਂ ਦੇ ਹੁੰਦਾ ਸੀ ਉਹਨਾਂ ਤੋਂ, ਠੀਕ ਹੈ ਨਾ। ਇੱਕ ਵਾਰੀ ਤੁਹਾਨੂੰ ਦੱਸਾਂ ਮੈਂ ਵੀ ਉਸਤਾਦ ਜੀ ਨੂੰ ਕੋਈ ਧੱਕੇ ਨਾਲ ਬੰਦੇ ਲੈ ਗਏ, ਕੋਈ ਆਪਣਾ ਅਫਸਰ, ਅਤੇ ਡੇਲੋਂ ਕੋਲ ਪ੍ਰੋਗਰਾਮ ਸੀਗਾ, ਅੱਛਾ ਜੀ, ਅਤੇ ਅਸੀਂ ਉਹ ਪ੍ਰੋਗਰਾਮ ਲਾਉਣ ਜਾਣਾ ਸੀ, ਮੈਂ ਅਤੇ ਪੰਮੇ ਗੁੱਜਰ ਵਾਲੀ ਨੇ ਅਤੇ ਮਨਜੀਤ ਭੁੱਲਰ ਨੇ, ਅਤੇ ਇੱਕ ਕੁੜੀ ਸਾਡੇ ਨਾਲ ਹੋਰ ਸੀ, ਉਹ ਸਾਨੂੰ ਕੋਈ ਗੱਡੀ ਨਾ ਮਿਲੇ,
ਉਹ ਸਾਰੇ ਲੁਧਿਆਣੇ 'ਚੋਂ ਗੱਡੀ ਨਾ ਮਿਲੇ। ਅਸੀਂ ਸੰਧੂ ਸਾਹਿਬ ਵਾਲੀ ਜੀਪ ਮੰਗਵਾਈ। ਅੱਛਾ ਜੀ। ਅਸੀਂ ਜੀਪ 'ਤੇ ਖੜਾ ਲਾ ਕੇ ਆਏ ਅਤੇ ਮੈਂ ਭਾਅ ਜੀ ਨੂੰ ਕਿਹਾ, ਮੈਂ ਕਿਹਾ ਭਾਅ ਜੀ ਗੱਡੀ ਦੇ ਪੈਸੇ ਲੈ ਲੈਣੇ ਸੀ ਅਤੇ ਤੇਲ ਤੂਲ ਦੇ ਜਿੰਨੇ ਪਿਆ ਉਹ ਛੱਡ ਕਰੇ, ਹੈਂ ਤੂੰ ਪ੍ਰੋਬਲਮ ਲਾਇਆ ਚੰਗ ਮਾੜੀ ਗੱਲ ਆ। ਜਾਣਦਾ ਸੀ ਪਿੰਡੋਂ ਜੀਪ ਮੰਗਵਾਈ, ਉਹ ਹੁਣ ਵੀ ਮੁੰਡਾ ਹੈਗਾ ਉਹਦਾ ਨਾਮ ਮੈਂ ਭੁੱਲ ਗਿਆ, ਉਹ ਉਹੀ ਲੈ ਕੇ ਆਇਆ ਸੀਗਾ। ਅੱਛਾ ਜੀ। ਹਾਂ, ਕਹਿੰਦਾ ਜੀਪ ਲੈ ਜਾਓ ਫਿਰ ਆਪਣੀ ਜੀਪ ਵਿੱਚ ਲਾਓ। ਕੀਰਚ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਅਸੀਂ ਫਿਰ ਇੰਟਰਵਿਊ ਲੰਮੀ ਹੋ ਜੂਗੀ, ਕੋਈ ਨਾ ਕੋਈ ਤੁਸੀਂ ਕਹਿਣੇ ਹੋ ਕੋਈ ਆਪਦੇ ਦਿਲ ਦੀ ਗੱਲ ਕਹਿਣੀ ਚਾਹੁੰਦੇ ਹੋ, ਕੋਈ ਤੁਹਾਡੀ ਯਾਦ ਕੋਈ ਆਉਂਦੀ ਹੈ ਤਾਂ ਤੁਸੀਂ ਜ਼ਰੂਰ ਪੇਸ਼ ਕਰੋ ਅਗਰ ਕੋਈ ਤੁਹਾਡੇ ਹੈ ਜੀ। ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਗਾਇਕੀ ਆ ਇਹਨੂੰ ਜੇ ਇਹ ਸੱਭਿਆਚਾਰ ਨਾਲ ਇਹਨੂੰ ਜੋੜੀ ਰੱਖੀਏ ਤਾਂ ਠੀਕ ਆ, ਅਤੇ ਨਹੀਂ ਤਾਂ ਮੇਰੇ ਖਿਆਲ 'ਚ ਤਾਂ ਹੁਣ ਭਟਕ ਹੀ ਚੁੱਕਾ ਕੰਮ, ਉਹ ਲੋਕ ਗਾਇਕੀ ਵਾਲਾ ਕੰਮ ਰਹਿ ਗਿਆ, ਰਹਿ ਨਹੀਂ ਗਿਆ। ਦੇਖੋ ਨਾ ਉਹ ਇਹਨਾਂ ਗੀਤਾਂ ਦੇ ਵਿੱਚ ਹੋਣ ਵਾਲਿਆਂ 'ਚ ਉਹ ਪਹਿਲਾਂ ਵਾਲਾ ਸਵਾਦ ਆ ਅਤੇ ਨਾ ਉਹ ਖਾੜਿਆਂ ਦਾ ਸਵਾਦ ਰਹਿ ਗਿਆ। ਅੱਗੇ ਗਾਣੇ ਜੀ ਮੁਹਾਵਰੇ ਖਾਣਾ ਨਾ ਗੁੰਦੇ ਪਏ ਸੀ। ਹਾਂ, ਮੁਹਾਵਰੇ ਹੁੰਦੇ ਸੀਗੇ ਅਤੇ ਜਾਣਦਾ ਵੀਡੀਓ ਥੋੜ੍ਹੇ ਦਿਮਾਗ 'ਚ ਬਣਦੀ ਸੀਗੀ। ਹਾਂਜੀ, ਉਹ ਐਸਾ ਲਿਖਦੇ ਸੀ ਲੋਕ, ਬਾਬੂ ਸਿੰਘ ਮਾਨ ਵਰਗੇ, ਦਦਾਰ ਵਰਗੇ, ਹੈਂ ਵੀਡੀਓ ਤਾਂ ਬਣੀ ਪਈ ਹੁੰਦੀ ਸੀ, ਥੋੜ੍ਹੇ ਦਿਮਾਗ 'ਚ ਤਾਂ ਫਿਲਮ ਚੱਲਦੀ ਆ, ਠੀਕ ਹੈ ਨਾ। ਇਸ ਕਰਕੇ ਆ ਵੀ ਇਹ ਬਹੁਤ ਧੰਨਵਾਦ ਕਰਦੇ ਹਾਂ ਲੋਕਾਂ ਦਾ, ਸਰੋਤਿਆਂ ਦਾ, ਵੀ ਜਿਹੜੇ ਪੁਰਾਣੇ ਗੀਤਾਂ ਨੂੰ ਹੁਣ ਤੱਕ ਲੈਕ ਕਰਦੇ ਆ ਅਤੇ ਜਿਹੜੀਆਂ ਤੁਸੀਂ ਇੰਟਰਵਿਊਆਂ ਵਗੈਰਾ ਪਾਉਂਦੇ ਆ ਜਾਂ ਪੁਰਾਣੇ ਅਖਾੜੇ ਚੱਕ ਕੇ ਪਾਉਂਦੇ ਆ ਉਹਨਾਂ ਨੂੰ ਬਹੁਤ ਲੈਕ ਕਰਦੇ ਆ, ਅਤੇ ਇਹ ਸਾਂਭ ਲਿਆ ਤੁਸੀਂ, ਇਹ ਸੱਭਿਆਚਾਰ ਦਾ ਜਿਹੜਾ ਸੀਗਾ ਨਾ ਇੱਕ ਰੰਗ ਰੂਪ, ਇਹ ਸੰਭਾਲ ਲਿਆ ਚੈਨਲਾਂ ਨੇ, ਯੂਟਿਊਬ ਨੇ ਸੰਭਾਲ ਲਿਆ, ਅਤੇ ਨਹੀਂ ਤਾਂ ਲੱਭਣੇ ਨਹੀਂ ਸੀ ਕਿਤੋਂ, ਇਹ ਲੱਭਣਾ ਨਹੀਂ ਸੀਗਾ। ਚਲੋ ਕਿੱਕਰ ਜੀ, ਤੁਸੀਂ ਅੱਜ ਟਾਈਮ ਦਿੱਤਾ ਸਾਨੂੰ, ਧੰਨਵਾਦ, ਧੰਨਵਾਦ, ਬਹੁਤ ਬਹੁਤ ਧੰਨਵਾਦ। ਮੈਂ ਕਿਹਾ ਧੰਨਵਾਦ ਤੁਹਾਡਾ ਵੀ।